ਆਖਦੇ ਨੇ ਜਿਸ ਨੂੰ ਆ ਗਿਆ ਤਰੀਕਾ ਉਸਦਾ ਇੱਥੇ ਹੀ ਅਮਰੀਕਾ। ਇਸ ਗੱਲ ਨੂੰ ਪੂਰਾ ਕਰ ਵਿਖਾਇਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਭੰਗਵਾਂ, ਜਿੱਥੇ ਸਰਦਾਰ ਕਮਲ ਸਿੰਘ ਦੇ ਵੱਲੋਂ ਘਰ ਦੇ ਵਿੱਚ ਇੱਕ ਮਸ਼ੀਨ ਨੂੰ ਤਿਆਰ ਕਰ ਲਿਆ ਜਾਂਦਾ ਹੈ। ਉਸ ਮਸ਼ੀਨ ਨੂੰ ਬਣਾਉਣ ਲਈ 2600 ਰੁਪਈਆ ਖਰਚ ਲੱਗਦਾ ਹੈ। ਉਸ ਮਸ਼ੀਨ ਦੇ ਵਿੱਚ ਮੁਰਗੀ ਦੇ ਆਂਡੇ ਪਾਉਣ ਨਾਲ ਮੁਰਗੀ ਦੇ ਬੱਚੇ ਹੋ ਰਹੇ ਨੇ ਤਿਆਰ। ਅੱਜ ਉਸਦੇ ਕੋਲ ਕਈ ਮਸ਼ੀਨਾਂ ਹਨ ਅਤੇ ਮਹੀਨੇ ਦੀ ਚੰਗੀ ਇਨਕਮ ਵੀ ਉਸ ਨੂੰ ਘਰ ਬੈਠੇ ਹੀ ਹੋ ਰਹੀ ਹੈ। ਕਈ ਤਰ੍ਹਾਂ ਦੀਆਂ ਜਾਨਵਰ ਦੀਆਂ ਪ੍ਰਜਾਤੀਆਂ ਉਸਦੇ ਕੋਲ ਹਨ। ਅੱਜ ਲੱਖਾਂ ਦੇ ਵਿੱਚ ਉਸਨੇ ਇਸ ਪ੍ਰੋਜੈਕਟ ਨੂੰ ਕਰ ਲਿਆ। ਗੱਲਬਾਤ ਕਰਦੇ ਹਾਂ, ਸਾਰੀ ਗੱਲਬਾਤ ਉਹਨਾਂ ਨੇ ਦੱਸੀ ਕਿ ਕਿੰਨਾ ਖਰਚ ਆਇਆ ਅਤੇ ਕਿੰਨਾ ਟਾਈਮ ਲੱਗਾ ਅਤੇ ਕਿੱਥੋਂ ਇਹ ਤਕਨੀਕ ਨੂੰ ਸਿੱਖਿਆ। ਆਓ ਸਾਰੀ ਗੱਲਬਾਤ ਪ੍ਰੋਜੈਕਟ ਦੇ ਸੰਬੰਧ ਵਿੱਚ ਉਹਨਾਂ ਤੋਂ ਪੁੱਛੀਏ ਅਤੇ ਤੁਹਾਨੂੰ ਦੱਸੀਏ। ਗੁਰਦਾਸਪੁਰ ਤੋਂ GVC ਅਪਡੇਟ ਦੇ ਲਈ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲਵਪ੍ਰੀਤ ਸਿੰਘ ਖੁਸ਼ੀਪੁਰ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਭੰਗਵਾਂ। ਸੋ ਸਾਡੇ ਨਾਲ ਇੱਕ ਫਾਰਮ ਹੈ, ਜਿਸ ਫਾਰਮ ਦੇ ਵਿੱਚ ਪਹੁੰਚੇ ਹਾਂ। ਸੋ ਸਾਰੀ ਗੱਲਬਾਤ ਕਰਦੇ ਹਾਂ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਅਤੇ ਕਿੰਨੀ ਲਾਗਤ ਆਈ। ਸੋ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਮੌਜੂਦ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਭਾਅ ਜੀ, ਇਹ ਜਿਹੜਾ ਵਾ ਪ੍ਰੋਸੈਸ ਹੈ, ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆਇਆ? ਇਹ ਜੀ, ਮੈਂ ਨਾ ਆਪਣਾ ਮੇਰੇ ਬੇਟੇ ਦੇ ਨਾ ਬੱਚਾ ਹੋਇਆ ਸੀ ਅਤੇ ਅਸੀਂ ਉਹਦੀ ਨਾ ਭਾਜੀ ਲੈ ਕੇ ਗਏ ਸੀ ਅਤੇ ਮੇਰੇ ਕੁੜਮਾਂ ਨੇ ਰੱਖੇ ਸੀਗੇ ਅਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਅਤੇ ਇੱਕ ਮੁਰਗੀ ਦੇ ਦਿੱਤੀ। ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਿਤੇ ਆਂਡੇ ਖਾ ਲਿਆ ਕਰਿਓ। ਵੱਡੇ ਦਿੱਤੇ ਉਹ, ਮੈਂ ਵਧਾਈ ਦਿੱਤੀ ਇੱਕ ਹਿਸਾਬ ਦੀ ਮੈਂ ਲੈ ਅਤੇ ਉਹ ਮੈਂ ਲੈ ਕੇ ਆਇਆ ਅਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਦਿੱਤੇ ਨਾ ਜਦੋਂ, ਅਤੇ ਮੈਂ ਆਂਡੇ ਦੇ ਚਲੋ ਕੀ ਖਾਣੇ, ਮੇਰਾ ਦਿਲ ਨਹੀਂ ਕੀਤਾ, ਮੈਂ ਇਹਨਾਂ ਦੇ ਬੱਚੇ ਕਢਾਉਂਦੇ ਆ। ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ ਯੂਟਿਊਬ 'ਤੇ ਅਤੇ ਇਨਕੂਬੇਟਰ ਕਿੱਦਾਂ ਬਣਦਾ, ਉਹ ਮੈਂ ਦੇਖਿਆ। ਉੱਤੋਂ ਫਿਰ ਇਨਕੂਬੇਟਰ ਬਣਾਇਆ ਮੈਂ ਅਤੇ ਮੈਂ ਪਹਿਲੀ ਵਾਰੀ ਕੋਈ 25-26 ਆਂਡੇ ਲਾਏ ਉਹਦੇ ਵਿੱਚ ਅਤੇ ਮੇਰੇ 5 ਬੱਚੇ ਨਿਕਲੇ। ਪਰ 5 ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇੰਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ, ਹੁਣ ਗਾੜੀ ਮੈਂ ਕੰਮ ਕਰ ਸਕਦਾ। ਬਾਕੀ ਜਿਹੜੇ ਖਰਚੇ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ, ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਘੁਮਾਇਆ ਨਹੀਂ ਗਿਆ, ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ ਯੂਟਿਊਬ ਤੋਂ ਦੇਖ ਕੇ ਸਾਰਾ ਕੁਛ ਅਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਅੰਡੇ ਲਾਏ ਸੀ। 60 ਦੇ ਵਿੱਚ ਮੇਰੇ ਨਾ ਕੋਈ 55 ਬੱਚੇ ਨਿਕਲਾਏ, ਹਾਂ 100% ਰਿਜ਼ਲਟ ਮੇਰਾ ਨਿਕਲਿਆ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਤਲਬ ਨਾ ਇਹਦਾ ਸ਼ੌਂਕ ਪੈ ਗਿਆ, ਫਿਰ ਮੈਂ ਹੋਰ ਬਰੀਡਾਂ ਨਵੀਆਂ 'ਤੇ ਚਾਲੂ ਕੀਤਾ ਕੰਮ, ਹੋਰ ਲਿਆ ਕੇ ਤਿਆਰ ਕੀਤੇ। ਹੁਣ ਇਸ ਟਾਈਮ ਮੇਰੇ ਕੋਲ 600-700 ਬੱਚਾ ਜੀ। 600-700 ਹਾਂਜੀ, ਕੁਝ ਮੈਂ ਸੇਲ ਵੀ ਕਰ ਚੁੱਕਾ, ਕੋਈ 500-600 ਬੱਚਾ ਸੇਲ ਕਰ ਚੁੱਕਾ। ਜਦੋਂ ਪਹਿਲੀ ਤੁਸੀਂ ਮਸ਼ੀਨ ਜਿਹੜੀ ਆ ਬਣਾਈ ਆ ਰਸਮ ਕੀਤੀ, ਉਹ 'ਤੇ ਕਿੰਨੀ ਲਾਗਤ ਆਈ ਅਤੇ ਕਿੰਨਾ ਸਮਾਂ ਕੁੱਲ ਲੱਗਾ? ਉਹ 'ਤੇ ਲਾਗਤ ਆਈ ਸਰ ਜੀ ਮੇਰੀ ਉਦੋਂ 2500 ਰੁਪਇਆ। 2500? ਹਾਂਜੀ, 2500 ਰੁਪਏ ਦੇ ਉਹ 60-70 ਅੰਡੇ ਪੈਂਦੇ ਸੀਗੇ ਅਤੇ 2500 ਦੇ ਵਿੱਚ ਮੇਰੇ ਮਤਲਬ ਮਸ਼ੀਨ ਤਿਆਰ ਹੋ ਗਈ ਸੀ। ਉਹ ਮਸ਼ੀਨ ਦਾ ਸਾਰਾ ਪ੍ਰੋਸੈਸ ਦੱਸੋ ਵੀ ਉਹ ਕਿਵੇਂ ਸਾਰਾ ਜੁਗਾੜ ਲੱਗਾ, ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰੋਸੈਸ ਕੀਤਾ ਜਾਂ ਕਿਵੇਂ ਕਿਵੇਂ ਉਹ? ਨਹੀਂ ਨਹੀਂ ਜੀ, ਉਹ ਨਾ ਔਨਲਾਈਨ ਸਮਾਨ ਮੰਗਾ ਲਈਦਾ ਇਹਨਾਂ ਦਾ, ਜਿੱਦਾਂ ਇਹਦਾ ਕੰਟਰੋਲਰ ਹੋ ਗਿਆ, ਇੱਕ ਇਹਦੇ ਵਿੱਚ ਪੱਖਾ ਲੱਗਦਾ, ਬਲਬ ਲੱਗਦੇ ਨੇ ਅਤੇ ਇੱਕ ਜਿਹੜੀ ਪੇਟੀ ਹੁੰਦੀ ਹੈ ਥਰਮੋਕੋਲ ਦੀ ਪੇਟੀ ਹੁੰਦੀ ਹੈ, ਇਹ ਅਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾਂ ਟੇਪ ਨਾਲ ਲਪੇਟ ਕੇ ਫਿਰ ਉਹਦੇ ਵਿੱਚ ਕੰਟਰੋਲ ਬਲਬ ਅਤੇ ਇੱਕ ਪੱਖਾ ਲਾਉਣਾ ਪੈਂਦਾ, ਫਿਰ ਉਹਦੇ ਨਾਲ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ, ਕਿੰਨੀ ਹੀਟ ਚਾਹੀਦੀ ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮਤਲਬ ਕਿ ਇਹ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ? ਇਹ 2500 ਰੁਪਏ ਦੀ ਬਣੀ ਹੈ ਜੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ 3 ਮਸ਼ੀਨਾਂ ਨੇ ਜੀ, 250 ਆਂਡੇ ਵਾਲੀ ਇੱਕ, 250 ਵਾਲੀ ਇੱਕ, 70 ਵਾਲੀ ਇੱਕ। ਹਾਂਜੀ। ਇਹ ਜਿਹੜਾ ਪ੍ਰੋਸੈਸ ਤੁਸੀਂ ਚਾਲੂ ਕੀਤਾ ਵਾ, ਇਹ ਸਿਆਲ 'ਚ ਕੀਤਾ ਜਾਂ ਗਰਮੀ 'ਚ ਕੀਤਾ? ਨਹੀਂ ਇਹ ਜੀ ਗਰਮੀ 'ਚ ਕੀਤਾ, ਅੱਜ ਕੱਲ੍ਹ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ, ਸਾਲ ਹੀ ਹੋ ਗਿਆ ਇੱਕ ਹਿਸਾਬ ਨਾਲ, ਅਤੇ ਇੱਕ ਸਾਲ ਦੇ ਵਿੱਚ ਹੁਣ
ਮਤਲਬ 600-700 ਬੱਚਾ ਮੈਂ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੇ ਪੈਂਦੇ ਹੋਣੇ ਪ੍ਰੋਸੈਸ ਵੀ ਚੇਂਜ ਕਰਨੇ ਪੈਂਦੇ ਹੋਣਗੇ ਨਹੀਂ ਮੌਸਮ ਦੇ ਹਿਸਾਬ ਨਾਲ ਇਹ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਇਹਦਾ ਅਤੇ ਬਾਹਰ ਦਾ ਟੈਂਪਰੇਚਰ 38 ਵੀ ਹੋ ਜਾਂਦਾ 39 ਵੀ ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਂਦਾ ਮਸ਼ੀਨ ਦੇ ਲਾਗੇ ਵੀ ਥੋੜ੍ਹਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਵਿੱਚ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤਾਂ ਆਟੋਮੈਟਿਕ ਉਹਨੇ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ 'ਚ ਥੋੜ੍ਹੀ ਜ਼ਰੂਰਤ ਪੈਂਦੀ ਜਦੋਂ ਜ਼ਿਆਦਾ ਦਿੱਕਤ ਜਿਹੜੀ ਸਰਦੀਆਂ 'ਚ ਹੁੰਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ 'ਚ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ 'ਚ ਹੁੰਦੀ ਹੈ ਨਹੀਂ ਇਹਨਾਂ 'ਚ ਜਿਹੜਾ ਦੋਵਾਂ ਦੇ ਵਿੱਚ ਮਾਈਨਸ ਕੀਤਾ ਵਾ ਮਤਲਬ ਜ਼ਿਆਦਾ ਜਿਹੜੀ ਆ ਮਸ਼ੀਨ ਜਿਹੜੀ ਰਿਜ਼ਲਟ ਜਿਹੜਾ ਵਧੀਆ ਕਦੋਂ ਕਿ ਮੌਸਮ 'ਚ ਦੇਖਦੀ ਰਿਜ਼ਲਟ ਜੀ ਆਪਣੇ ਹੱਥ 'ਚ ਜੇ ਆਪਾਂ ਟੈਂਪਰੇਚਰ ਉਹਦਾ ਸੈੱਟ ਰੱਖਦੇ ਨਾ ਤਾਂ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਅਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਿ ਗਈ ਤਾਂ ਫਿਰ ਰਿਜ਼ਲਟ ਨਹੀਂ ਜਿਵੇਂ ਹੁਣ ਤਾਂ ਗਰਮੀਆਂ 'ਚ ਲਾ ਦਿੰਦੇ 60 ਅੰਡੇ ਲਾ ਦਿੰਦੇ ਹਾਂਜੀ ਗਰਮੀਆਂ 60 ਅਤੇ 60 ਹੀ ਮਤਲਬ ਰੈਸਟ ਹੁੰਦੇ ਨਿਕਲ ਆਉਂਦੇ ਜੇ ਸਿਆਲ ਦੇ ਵਿੱਚ ਇਹੋ ਪ੍ਰੋਸੈਸ ਦੁਬਾਰਾ ਲਾਉਂਦੇ ਜੋ ਤਾਂ ਉਹ 'ਚ ਮੁਸ਼ਕਲ ਹੁੰਦੀ ਹੋਈ ਕਿ ਉਹਨੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਜਿੰਨਾ ਉਹਨੂੰ ਹੀਟ ਚਾਹੀਦੀ ਉਨੀ ਉਹਦੇ ਵਿੱਚ ਰੱਖਣੀ ਰੱਖਣੀ ਹੈ ਹਾਂਜੀ ਨਹੀਂ ਸਿਆਲ 'ਚ ਫਿਰ ਤੁਹਾਨੂੰ ਉਹਦੇ ਵਿੱਚ ਯਾਨੀ ਕਿ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹੀ ਆ ਇਹਦੇ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸਾਈਡਾਂ ਦਾ ਸੁਰਾਖ ਕੱਢਦੇ ਹਵਾ ਵਾਸਤੇ ਉਹ ਮਤਲਬ ਥੋੜ੍ਹੇ ਘੱਟ ਕਰਨੇ ਪੈਂਦੇ ਨੇ 2 ਜਾਂ 3 ਛੱਡ ਦਿੰਦੇ ਨੇ ਬਾਕੀ ਬੰਦ ਕਰ ਦਿੰਦੇ ਨੇ ਇਹ ਜੇ ਕਿ ਨਵਾਂ ਮਤਲਬ ਕੋਈ ਨੌਜਵਾਨ ਨੇ ਜਾਂ ਕਿਸੇ ਨੇ ਸੈਟਅਪ ਲਾਉਣਾ ਵਾ ਤਾਂ ਕਿੰਨਾ ਥਾਂ ਅਤੇ ਕਿੱਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਂਚ ਇਹ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਹਾਂ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜ੍ਹਾ ਜਿਹਾ ਕੰਮ ਕਰਨਾ ਵਾ ਵੱਧ ਤੋਂ ਵੱਧ ਵੀ ਹੋਵੇ 20x10 ਦਾ ਕਮਰਾ ਹੋਵੇ ਅਤੇ ਉਹਦੇ ਵਿੱਚ ਕਰ ਸਕਦੇ ਨੇ ਅਤੇ ਉਹਦੇ ਵਿੱਚ ਘੱਟੋ ਘੱਟ ਵੀ ਤਾਂ 300-400 ਜਾਨਵਰ ਜਿਹੜਾ ਆ ਸਕਦਾ ਹਾਂਜੀ ਮਸ਼ੀਨ ਵਾਸਤੇ ਤਾਂ ਜਾਂ ਕੁਛ ਵੀ ਨਹੀਂ ਚਾਹੀਦੀ ਮਸ਼ੀਨ ਵਾਸਤੇ ਤਾਂ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੱਡੋ ਤੁਸੀਂ ਚਲਾ ਦਿਓ ਬਾਹਰ ਜੇ ਤੁਹਾਡੇ ਮੈਂ ਦੇਖਿਆ ਜਾਨਵਰ ਚੁਗਣ ਫਿਰ ਮਿੰਡੇ ਥੋੜ੍ਹਾ ਬਹੁਤਾ ਗਾੜੀ ਮਤਲਬ ਥੋੜ੍ਹਾ ਫਰੈਸ਼ ਆਮ ਚਾਹੀਦਾ ਖਾ ਲੂ ਹਾਂਜੀ ਹਾਂਜੀ ਨਹੀਂ ਉਹ ਤਾਂ ਮਤਲਬ ਘੁੰਮਣ ਵਾਸਤੇ ਬੱਚਿਆਂ ਨੂੰ ਚਾਹੀਦਾ ਨਾ ਬਾਹਰ ਖੁੱਲ੍ਹੀ ਜੇ ਫਰੀ ਰੇਂਜ ਦਾ ਕੰਮ ਕਰਨਾ ਤਾਂ ਉਹ ਤਾਂ ਥੋੜ੍ਹੀ ਜਗ੍ਹਾ ਚਾਹੀਦੀ ਹੈ ਮਤਲਬ 1-2 ਥਾਂ ਹੋਵੇ ਨਾ ਬੰਦੇ ਕੋਲ ਅਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕਦਾ ਇਹ ਜਿਹੜੇ ਬੱਚੇ ਆ ਕਿੰਨੇ ਦਿਨਾਂ ਬਾਅਦ ਜਿਹੜੇ ਤੁਸੀਂ ਜ਼ਮੀਨ 'ਤੇ ਜਿਹੜੇ ਚੋਣ ਫਿਰਨ ਆ ਜਾਂਦੇ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਾਹਰ ਕੱਢਦੇ ਇਹਨਾਂ ਨੂੰ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜ੍ਹਾ ਖੁੱਲ੍ਹੇ ਛੱਡੀਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਸਤਾ ਆਸਤਾ ਜਦੋਂ ਟੈਂਪਰੇਚਰ ਵੀ ਜਿਹੜਾ ਥੋੜ੍ਹਾ ਬਹੁਤ ਚੇਂਜ ਕਰਨਾ ਪੈਂਦਾ ਉਹ ਤਾਂ ਜਿੱਦਾਂ 1 ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ 1 ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤਾਂ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜ੍ਹਾ ਥੋੜ੍ਹਾ ਘਟਾਉਣਾ ਚਾਲੂ ਕਰੀਦਾ ਹਾਂਜੀ ਅਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਅਤੇ ਘਰ ਦੇ ਵਿੱਚ ਇੰਨਾ ਪਾਤ ਤਾਂ ਘਰਦਿਆਂ ਨੇ ਕਿਹਾ ਵੀ ਇਹ ਕੀ ਮੁਸ਼ਕਲ ਆ ਜਗਾੜ ਜਿਹਾ ਤਿਆਰ ਕਰਨਾ ਨਹੀਂ ਪਹਿਲਾਂ ਤਾਂ ਨਹੀਂ ਸੀ ਮੰਨਦੇ ਸੀ ਇਹਦੇ ਜਦੋਂ 2 ਲੈ ਕੇ ਉਦੋਂ ਵੀ ਨਹੀਂ ਕਹਿੰਦੇ ਨਹੀਂ ਸਾਡੇ ਆਪਾਂ ਕਦੀ ਰੱਖੇ ਵੀ ਨਹੀਂ ਸੀਗੇ ਪਰ ਇਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅੰਮ੍ਰਿਤਧਾਰੀ ਹੈ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਜਿਵੇਂ ਘਰਾਂ 'ਚ ਵੇਖੀਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਅਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਅਕਸਰ ਹੀ ਇਹ ਨੁਕਸਾਨ ਤਾਂ ਕਰਦੀਆਂ ਨੇ ਨਹੀਂ ਨਹੀਂ ਉਹ ਤਾਂ ਸਾਡਾ ਸਾਡਾ ਸੈਪਰੇਟ ਹੈ ਇੱਕ ਸਾਈਡ 'ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਅਤੇ ਉਹ ਅਲੱਗ ਆ ਘਰ ਤੋਂ ਮਤਲਬ ਸਾਈਡ 'ਤੇ ਹੀ ਹੈ ਥੋੜ੍ਹਾ ਅਤੇ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੁਣ ਮਤਲਬ ਇੰਨਾ ਸੈਟਅਪ ਲਾਉਣ ਦੇ ਮਤਲਬ ਕਿੰਨੀ ਮਤਲਬ ਆ ਜਾਂਦੀ ਹੈ ਮਤਲਬ ਵਰਤੇ ਦੀ ਸਾਰੀ ਜਿਹੜਾ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬਣਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 5.5 ਹਜ਼ਾਰ ਦੀਆਂ 2 ਬਣੀਆਂ ਸੀਗੀਆਂ ਹਾਂਜੀ ਮਤਲਬ 11 ਹਜ਼ਾਰ 15 ਹਜ਼ਾਰ ਦੇ ਵਿੱਚ ਮੇਰੀਆਂ ਮਸ਼ੀਨਾਂ ਸੀਗੀਆਂ
ਅਤੇ ਬਾਕੀ ਕੁਝ ਕੋਈ 500-700 ਦੇ ਮੈਂ ਜਾਨਵਰ ਬਾਅਦ 'ਚੋਂ ਲਿਆਉਂਦੇ ਸੀ ਬਾਹਰੋਂ, ਛੋਟੇ ਲਿਆਉਂਦੇ ਸੀ ਵੱਡੇ ਕਰਕੇ ਉਹਨਾਂ ਦੇ ਆਂਡੇ ਲੈ ਕੇ ਗਾੜੀ, ਫਿਰ ਬੱਚੇ ਗਾੜੀ ਤਿਆਰ ਕੀਤੇ। ਹੁਣ ਤਾਂ ਤੁਹਾਨੂੰ ਮੇਰੇ ਖਿਆਲ ਨਾਲ ਜਿਹੜੇ ਮੇਰੇ ਆਂਡੇ ਵਗੈਰਾ ਮੇਰੇ ਘਰੋਂ ਰੈਸਕਿਊ ਹੋਈ ਜਾਣਗੇ? ਹਾਂ, ਸਾਰੇ ਆਪਣੇ ਘਰ ਦੇ ਹੀ ਹੁੰਦੇ। ਤੁਹਾਡੇ ਕੋਲ ਜਿਹੜੀ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ? ਹਾਂਜੀ, ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੀਆਂ ਨੇ। ਟਰਕੀ ਨੇ, ਸਿਲਕੀ ਆ, ਆਰ ਆਈ ਆਰ ਆ, ਕੜਕਨਾਥ ਆ, ਫਿਰ ਕਰੈਲਰ ਆ, ਡਬਲ ਐਫ ਸੀ ਜਿਹਨੂੰ ਬੋਲਦੇ ਨੇ ਉਹ ਨੇ ਜੀ, ਅਤੇ ਫਿਰ ਅਸੀਲ ਆ, ਫਿਰ ਉਹਦੇ ਵਿੱਚ ਚਕੋਰਾਂ ਵੀ ਹੈਗੀਆਂ ਨੇ, ਬਟੇਰੇ ਵੀ ਹੈਗੇ ਨੇ। ਹਾਂਜੀ, ਇਹ ਮਤਲਬ ਜ਼ਿਆਦਾ ਡਿਮਾਂਡ ਕਿੰਨੇ ਜਨਮਾਂ ਦੀ ਜ਼ਿਆਦਾ ਆਉਂਦੀ ਹੈ? ਡਿਮਾਂਡ ਜ਼ਿਆਦਾ ਹੈਗੀ ਹੈ ਜੀ ਕੜਕਨਾਥ ਅਤੇ ਆਰ ਆਈ ਆਰ ਦੀ, ਜਿਹੜੇ ਆਂਡੇ ਵਾਲੀ ਬਰੀਡ ਆ, ਜਿਹੜੇ ਮਤਲਬ ਜਿਹਨਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ, ਜਿਹਨਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰਨੇ, ਉਹ ਆਰ ਆਈ ਆਰ ਅਤੇ ਡਬਲ ਐਫ ਜੀ। ਇਹ ਆਂਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੁੰਦੇ ਨੇ, ਕੀ ਇਹਨਾਂ ਆਂਡਿਆਂ 'ਚ ਖਾਸ ਕੀ? ਇਹ ਜੀ ਦੇਸੀ ਫਿਰ ਆਂਡੇ ਤੁਹਾਨੂੰ ਪਤਾ ਵੀ ਜਦੋਂ ਫਰੀ ਰੇਂਜ ਵਿੱਚ ਰੱਖਦੇ ਆ, ਅਤੇ ਇਹ ਤੁਸੀਂ ਇੱਕ ਆਂਡਾ ਖਾ ਲਓ, ਅਤੇ ਜਿਹੜੇ ਬਾਜ਼ਾਰ 'ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ, ਜਿਹੜੇ ਦੂਸਰੇ ਆਉਂਦੇ ਨੇ ਉਹ 10 ਕਰਨ ਬਰਾਬਰ ਆ। ਇਹ ਜਿਹੜਾ ਕੜਕਨਾਥ ਹੈ, ਇਹ ਜਿਹੜਾ ਮਤਲਬ ਕਾਫੀ ਜਿਹੜੀ ਇਹਦੀ ਮਾਨਤਾ, ਕੜਕਨਾਥ ਦਾ ਜਿਹੜਾ ਆਂਡਾ ਨਾ, ਕੜਕਨਾਥ ਦਾ ਆਂਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ। ਇੱਕ ਜਦੋਂ ਮਤਲਬ ਜਿਹਨੂੰ ਦਮਾ ਹੁੰਦਾ ਸ਼ੂਗਰ ਆ, ਇੱਕ ਜਿਹੜੇ ਆਪਣੇ ਜਿਮ ਵਾਸਤੇ ਮੁੰਡੇ ਜਿਮ ਕਰਦੇ ਆ ਨਾ, ਉਹਨਾਂ ਵਾਸਤੇ ਬਹੁਤ ਵਧੀਆ, ਕਿਉਂਕਿ ਇਹਦੇ ਵਿੱਚ ਇੱਕ ਤਾਂ ਕੈਸਟਰੋਲ ਫਰੀ ਆ, ਇੱਕ ਇਹਦੀ ਫੈਟ ਫਰੀ ਹੈ, ਦੋ ਚੀਜ਼ਾਂ ਫਰੀ, ਅਤੇ ਪ੍ਰੋਟੀਨ ਬਹੁਤ ਇਹਦੇ ਵਿੱਚ। ਇਹ ਜਿਹੜੀ ਬਰੀਡ ਆ ਮੇਰੇ ਖਿਆਲ ਨਾਲ ਬਾਹਰ ਦੀ ਆ ਕਿਤੇ ਕੜਕਨਾਥ? ਹਾਂਜੀ ਹਾਂਜੀ, ਇਹ ਜੰਗਲ ਦੀ ਬਰੀਡ, ਜੰਗਲਾਂ 'ਚ ਰਹਿੰਦੀ ਸੀ। ਹਾਂ, ਇਹ ਜੰਗਲੀ ਬਰੀਡ ਆ, ਪਰ ਇਹਦਾ ਆਂਡਾ ਜਿਹੜਾ ਵਾ ਉਹ ਬਹੁਤ ਵਧੀਆ, ਇਹਦਾ ਮੀਟ ਵੀ ਕਾਲਾ ਹੁੰਦਾ। ਹਾਂਜੀ, ਆਂਡਾ ਬਹੁਤ ਵਧੀਆ ਇਹਦਾ। ਇਹਦਾ ਕੋਈ ਟੇਸਟ ਫਰਕ ਹੋਊ? ਟੇਸਟ 'ਚ ਕੋਈ ਫਰਕ ਨਹੀਂ, ਟੇਸਟ ਸੇਮ ਦੇਸੀ ਆਂਡੇ ਵਰਗੇ। ਹਾਂ, ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ, ਉਹ ਆਂਡੇ ਦੇ ਵੀ ਸ਼ਾਇਦ 'ਚ ਵੀ ਕੋਈ ਫਰਕ? ਨਹੀਂ ਨਹੀਂ, ਸ਼ਾਇਦ 'ਚ ਕੋਈ ਫਰਕ ਨਹੀਂ ਹੈ, ਸੇਮ ਦੇਸੀ ਆਂਡੇ ਜਿਵੇਂ ਦੇਸੀ। ਹਾਂਜੀ ਹਾਂਜੀ। ਅਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਕੁ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਅਤੇ ਕਿੰਨਾ ਪ੍ਰੋਫਿਟ ਹੋ ਜਾਂਦਾ? 35-40 ਹਜ਼ਾਰ ਰੁਪਇਆ ਦਾ ਆਰਾਮ ਨਾਲ ਜੀ। 35-40 ਹਜ਼ਾਰ? ਹਾਂਜੀ। ਅਤੇ ਜਿਹੜੇ ਮਤਲਬ ਹੁਣ 20-30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉੱਧਰ ਨੂੰ ਕਰਨ ਦੇ ਕੇ ਇਹਦੇ ਅਧੀਨ ਵੀ ਜਾ ਕੇ ਕੰਮ ਕਰਨ ਦੇ, ਉੱਥੇ ਵੀ ਫਾਰਮਾਂ ਦੇ ਵਿੱਚ ਲੱਗੇ ਨੇ, ਉਹਨਾਂ ਨੂੰ ਕੀ ਮੈਸੇਜ? ਦੇਖੋ ਜੀ, ਮੈਂ ਵੀ ਮਤਲਬ ਕਵੈਤ 6-7 ਸਾਲ ਲਾ ਕੇ ਆਇਆ ਸੀ, ਮੈਂ ਡਰਾਈਵਰੀ ਕਰਦਾ ਸੀ, ਪਰ ਕੰਮ ਵੀ ਕੋਈ ਐਡਾ ਭਾਰਾ ਨਹੀਂ ਸੀ, ਬੱਸ ਚਲਾਉਂਦਾ ਸੀ ਆਰਾਮ ਨਾਲ, ਸਵਾਰੀ ਲਾਦ ਨਹੀਂ ਪੈਸੰਜਰ ਦਾ ਕੰਮ ਹੈਗਾ। ਬਹੁਤ ਵਧੀਆ ਕੰਟਰੀ ਸੀ, ਬਹੁਤ ਵਧੀਆ ਕੰਪਨੀ ਸੀਗੀ, ਪੈਸੇ ਵੀ ਚੰਗੇ ਬਣਦੇ, 60-70 ਹਜ਼ਾਰ ਰੁਪਏ ਮਹੀਨੇ ਦਾ ਘਰ ਪਾਉਂਦਾ ਸੀ, ਖਾ ਪੀ ਕੇ ਉੱਥੇ ਮੈਂ, ਪਰ ਲੇਕਿਨ ਜਿਹੜਾ ਸਕੂਨ ਆਪਣੇ ਘਰ 'ਚ ਰਹਿ ਕੇ ਕੰਮ ਕਰਕੇ ਨਾ, ਉਹਦੇ ਨਾਲ ਦਾ ਬਾਹਰ ਨਹੀਂ ਆਇਆ, ਕਿਉਂਕਿ ਉੱਥੇ ਤਾਂ ਕੰਮ ਹੀ ਕਰਨਾ, ਸੌਂ ਲਿਆ ਕੰਮ ਕਰ ਲਿਆ, ਸੌਂ ਲਿਆ ਖਾ ਲਿਆ ਕੰਮ ਕਰ ਲਿਆ, ਬਸ ਇਹ ਕੁਝ ਮਤਲਬ ਫਰੀ ਨਹੀਂ ਹੈਗਾ, ਮਤਲਬ ਜਿੱਦਾਂ ਆਜ਼ਾਦੀ 'ਚ ਨਹੀਂ ਹੈਗੀ, ਆਪਣੇ ਕੰਮ ਦੇ ਵਿੱਚ ਆਜ਼ਾਦੀ ਆ, ਜਿੱਦਾਂ 2 ਘੰਟੇ ਕਰ ਲਿਆ ਸਵੇਰੇ, 2 ਸ਼ਾਮੀ ਮੁੜ ਕੇ ਆਰਾਮ ਨਾਲ ਬੈਠੇ। ਇਹਦੇ ਵਿੱਚ ਜਾਣੀ ਕਿ ਪਰਿਵਾਰਕ ਮੈਂਬਰ ਵੀ ਹੁਣ ਸਹਿਯੋਗ ਦੇ ਰਹੇ ਨੇ? ਪੂਰਾ ਜੀ, ਪੂਰਾ ਪਰਿਵਾਰਕ ਮੈਂਬਰ ਪੂਰਾ ਸਹਿਯੋਗ ਕਲਪ ਗਾਮ ਸ਼ਾਂ ਚੱਲ ਜਾਂਦੇ, ਫੀਡ ਵਗੈਰਾ ਲੈਣ ਚੱਲ ਜਾਂਦੇ? ਹਾਂਜੀ, ਮਗਰ ਉਹ ਕਰਦੇ ਆ, ਸਾਰਾ ਕਰ ਲੈਂਦੇ ਨੇ ਜੀ, ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ, ਜਾਨਵਰ ਫੀਡ ਪਾਉਣੀ ਉਹ ਵੀ ਪਾ ਦਿੰਦੇ, ਸਾਰਾ ਕੁਝ ਕਰ ਲੈਂਦੇ ਨੇ। ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਂਡੇ ਲੱਗੇ ਇਹਨਾਂ ਨੂੰ ਮਤਲਬ ਚੇਂਜ ਵਗੈਰਾ ਵੀ ਕਰਨਾ ਪੈਂਦਾ? ਉਹ ਮਤਲਬ ਘੁਮਾਉਣੇ ਪੈਂਦੇ, ਰੋਟੇਟ ਕਰਨੇ ਪੈਂਦੇ, ਮਤਲਬ ਦਿਨ 'ਚ 4 ਵਾਰੀ, ਦਿਨ 'ਚ 4 ਵਾਰੀ ਘੁਮਾਉਣੇ ਪੈਂਦੇ, ਉਹ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈ, ਉਹ ਤੋਂ ਬਾਅਦ ਤੁਹਾਨੂੰ ਪਤਾ ਆਟੋਮੈਟਿਕ ਲਾਇਆ ਸਿਸਟਮ ਹੈ, ਉਹ ਖਿੱਚ ਕੇ ਘੁਮਾ ਦੀ ਦਿਨ ਬਾਹਰੋਂ। ਇਹਦਾ ਕੋਈ ਟਾਈਮ ਹੈ ਦਿਨ ਦੇ ਵਿੱਚ ਰੱਖਿਆ ਫਿਕਸ ਕੀਤਾ? ਹਾਂਜੀ, ਮਤਲਬ 2-2 ਘੰਟੇ ਬਾਅਦ ਜਾਂ 3 ਘੰਟੇ ਬਾਅਦ ਘੁਮਾ ਦਿਓ। ਹਾਂਜੀ, ਉੱਥੇ ਫਿਰ ਕੋਈ ਟਿੱਕ ਮਾਰ ਕਰਦੇ ਹੋਊਗਾ ਜਾਂ ਕਿਵੇਂ ਸਾਰਾ? ਨਹੀਂ ਨਹੀਂ, ਉਹ ਤਾਂ ਮਤਲਬ ਨਿਸ਼ਾਨ ਲਾ ਕੇ ਰੱਖ ਦੀ ਇਹਦੇ ਵਿੱਚ, ਅਤੇ ਉਹ ਪਤਾ ਲੱਗ ਜਾਂਦਾ ਵੀ ਘੁੰਮਿਆ ਕਿ ਨਹੀਂ ਘੁੰਮੇ ਬਾਹਰੋਂ, ਪਤਾ ਲੱਗ ਜਾਂਦਾ। ਹਾਂਜੀ, ਰੋਟੇਟ ਹੋਏ ਕਿ ਨਹੀਂ? ਹਾਂਜੀ, ਜਿਹੜੇ ਹੁਣ ਮੇਰੇ ਖਿਆਲ ਨਾਲ ਪਾਏ ਸੀ, ਮੇਰੇ ਖਿਆਲ ਕਿੰਨੇ ਕੁ ਦਿਨਾਂ ਤੱਕ ਜਿਹੜਾ ਨਿਕਲਣਾ? ਮੇਰੇ ਖਿਆਲ 1-2 ਦਿਨਾਂ ਦੇ ਮੇਰੇ ਖਿਆਲ ਬੱਚੇ ਨਿਕਲੇ ਨੇ ਬਾਹਰ। ਹਾਂ, ਬੱਚੇ ਹੁਣ ਨਿਕਲੇ ਨੇ, 2 ਦਿਨ ਦੇ ਹੋ ਗਏ ਨਿਕਲੇ ਨੇ, ਹੁਣ ਫਿਰ ਕੱਲ੍ਹ ਜਾਂ ਪਰਸੋਂ ਫਿਰ ਨਿਕਲਣ ਵਾਲੇ ਆ। ਹਾਂਜੀ, ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਅਤੇ ਉਸ ਤੋਂ ਬਾਅਦ ਜਿਹੜੇ ਨੇ ਜ਼ਮੀਨ 'ਤੇ ਮਤਲਬ? ਇਹ 21 ਦਿਨ ਤੱਕ ਮਤਲਬ ਮਸ਼ੀਨ 'ਚ ਹੁੰਦੇ ਆ ਜੀ। 21 ਦਿਨ ਬਾਅਦ ਬੱਚੇ ਨਿਕਲ ਹੁੰਦੇ ਆ, ਫਿਰ ਉਹਨੂੰ ਮਤਲਬ ਬਰੂਡਰ ਦੇ ਵਿੱਚ ਰੱਖਣਾ 7 ਦਿਨ, ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਹੈ ਉਹਦੇ ਵੱਡੇ ਰੂਮ 'ਚ ਲੈ ਜਾਂਦੇ ਆ, 15 ਦਿਨ ਬਾਅਦ ਫਿਰ ਨਾਰਮਲ 'ਚ ਛੱਡ ਦਈਦੇ। ਹਾਂਜੀ, ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਰੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ, ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜ੍ਹੀ ਜਿਹੀ ਮਤਲਬ ਕੀਤਾ ਜਾਂਦਾ ਖਿਲਾਫ? ਨਹੀਂ ਨਹੀਂ ਜੀ, ਉਹ ਤਾਂ ਦੇਖੋ ਜੀ,
ਜੇ ਹੁਣ ਮੁਰਗੀ ਥੱਲੇ ਆਪਾਂ ਕਹੀਏ ਵੀ ਮੁਰਗੀ ਥੱਲੇ ਪਾ ਕੇ ਬੱਚੇ ਕਢਾਈਏ, ਮੁਰਗੀ ਨੇ ਮਤਲਬ ਜਿਹੜਾ ਵਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕੱਢਣਾ, ਮਤਲਬ ਇੰਨੀ ਸੀਮਾ ਦੀ, ਹਾਂਜੀ ਸੀਮਾ ਦੀ, ਫਿਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖਹਿੜਾ ਨਹੀਂ ਛੱਡਣਾ ਬੱਚਿਆਂ ਦਾ, ਅਤੇ ਉਹਦੇ ਨਾਲ ਫਿਰ ਸਾਡੇ ਉਹ ਅੰਡਿਆਂ ਦੀ ਜਿਹੜੀ ਉਹ ਵੀ ਮਤਲਬ ਘੱਟਦੇ ਨੇ, ਹੁਣ ਅਸੀਂ 3 ਮਹੀਨੇ 'ਚ ਕਿੰਨੇ ਅੰਡੇ ਲੈਣੇ ਮੁਰਗੀ ਕੋਲੋਂ? ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਹੈ ਇੱਕ ਹੀ ਦਿਨਾਂ 'ਚ ਕੱਢ ਲਈ, ਉਹਦੇ 21 ਦਿਨ ਬੱਚੇ ਉਹਨੇ ਵੀ 1 ਦਿਨ ਬਾਅਦ ਕੱਢਣੇ ਆ, ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ 'ਤੇ ਕਰਕੇ ਛੱਡਣੇ ਆ, 2 ਮਹੀਨੇ ਕਰਕੇ, ਹਾਂਜੀ 21 ਦਿਨ ਤਾਂ ਬੈਠੀ ਨਹੀਂ ਲੈ ਬੱਚੇ ਨਿਕਲ ਤੋਂ ਬਾਅਦ 2 ਮਹੀਨੇ 2.5 ਲੈ ਜਾਣੇ ਉਹਨੇ, ਫਿਰ ਉਹ ਬੱਚੇ ਫਿਰ ਚੋਣ ਫਿਰ ਨਹੀਂ ਦਿੰਦੀ, ਰੱਖ ਲੈਂਦੀ ਆਪਣੇ ਕੋਲ ਨਾਲ ਹੀ, ਉਹਦੇ ਵਿੱਚ ਗਾਉਣਾ ਸਾਰਾ ਕੁਝ ਕਰਦਾ ਉਹਨੇ, ਫਿਰ ਜੇ ਅਸੀਂ ਉਹਨੂੰ ਵੱਖਰੀ ਵੀ ਕਰਦੇ ਹਾਂ ਤਾਂ ਵੀ ਨਹੀਂ ਉਹ ਖਹਿੜਾ ਛੱਡਦੀ, ਇਹ ਜਿਵੇਂ ਤੁਸੀਂ ਕਰਦੇ ਮੁਰਗੀ ਨੂੰ ਅਲੱਗ ਕਰਨ ਦੇ, ਜਦੋਂ ਬੱਚੇ ਜ਼ਮੀਨ 'ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ? ਨਹੀਂ ਕੋਈ ਗੱਲ, ਕੋਈ ਚੱਕਰ ਨਹੀਂ ਹੈਗਾ, ਹਾਂਜੀ ਮਤਲਬ ਉਹ ਚੱਲ ਐਵੇਂ ਆਮ ਤੁਰਦੇ ਫਿਰਦੇ ਆਮ ਇਕੱਠੇ ਨੇ, ਫਿਰ ਸਾਰੇ ਦੇਖ ਹੀ ਲਏ ਤੁਸੀਂ ਬਾਹਰ ਫਿਰਦੇ ਇਕੱਠੇ, ਹਾਂਜੀ ਇੱਕ ਦੋ ਨੂੰ ਕਰਦੇ ਨੇ ਥੋੜ੍ਹਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ, ਉਹ ਇੱਕ ਦੋ ਦਿਨ ਹੁੰਦਾ ਮੁੜ ਕੇ ਆਪਣੇ ਸੈਟ ਕੋਲ ਰਚ ਮਿਲ ਜਾਂਦੇ, ਹਾਂਜੀ ਹਾਂਜੀ। ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਡਾਂ ਜਿਹੜੀਆਂ ਤਿਆਰ ਕਰ ਸਕਦੇ? ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ, ਹਰ ਇੱਕ ਤਰ੍ਹਾਂ ਦੇ ਅੰਡੇ ਦਾ, ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ, ਜ਼ਮੀਨ ਨਾਲ ਸੰਬੰਧਿਤ ਜਿਹੜੇ ਜ਼ਮੀਨ ਤੇ ਚੁੱਕਦੇ ਨੇ ਉਹ ਉਹਨਾਂ ਦੀ ਕਢਾ ਸਕਦੇ, ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਵਾਉਣਾ ਪੈਂਦਾ, ਮਤਲਬ ਆਪ ਨਹੀਂ ਖਾ ਸਕਦੇ ਬੱਚੇ ਉਹ, ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਗਣਾ ਚਾਲੂ ਕਰ ਦਿੱਤਾ। ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਓਪਰ ਡੈਮੋ ਚੈੱਕ ਕੀਤੀ ਕਦੇ ਮਸ਼ੀਨ ਦੇ ਵਿੱਚ ਪਾ ਦਿੱਤਾ, ਜੱਟ ਕਿਵੇਂ ਨਿਕਲੇ? ਮੈਂ ਜੀ ਕਾਂ ਦੇ ਬੱਚੇ ਕਢਾ ਕੇ ਦੇਖੇ ਸੀਗੇ, ਕਾਂ ਦੇ ਮਤਲਬ ਨਾ ਸਾਡੇ ਇੱਕ ਇੱਥੇ ਅੰਬ ਸੀਗਾ ਅਤੇ ਹਵਾ ਦੇ ਨਾਲ ਡਿੱਗ ਪਿਆ, ਉਹਦੇ ਉੱਪਰ ਉਹਨਾਂ ਅੰਡੇ ਦਿੱਤੇ ਸੀਗੇ, ਉਹ ਮੈਂ ਚੱਕ ਕੇ ਤੇ ਮਸ਼ੀਨ 'ਚ ਪਾਤੇ, ਉਹ ਬੱਚੇ ਨਿਕਲ ਆਏ, ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੇ, ਪਾਲ ਕੇ ਤੇ ਕਰਕੇ ਕੇਅਰ ਤੋਂ ਬਾਅਦ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖਵਾਉਣੇ ਦਿਹਾੜੀ ਦੇ 5-5 ਵਾਰੀ, ਸਾਰੇ ਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ, ਜਦੋਂ ਜਾਣਾ ਉਹਨਾਂ ਨੇ ਮੂੰਹ ਹੱਟ ਲਾਉਣ ਵੀ ਸਾਨੂੰ ਕੋਈ ਖਵਾਓ, ਉਹ ਫਿਰ 2 ਮਹੀਨੇ ਦੇ ਕਰਕੇ 3 ਤਾਂ ਫਿਰ ਉੱਡੇ, ਫਿਰ ਤਾਂ ਫਿਰ ਕਿਤੇ ਲੱਗਦਾ ਨਹੀਂ ਪਲੱਸ 2 BA ਐਵੇਂ ਬਰੇ ਨੇ, ਪਰ ਉਹਨਾਂ ਦੇ ਵੀ ਦਿਮਾਗ ਜਿਹੜਾ ਤੁਹਾਡੇ ਸਾਹਮਣੇ ਮਤਲਬ ਇਹ ਥੋੜ੍ਹਾ ਜਿਹਾ ਨੀਵਾਂ ਜਾਣ ਡਿਆ ਵਾ, ਕਿਉਂਕਿ ਇੱਡਾ ਤਕੜਾ ਦਿਮਾਗ ਲਾਉਣਾ, ਇੰਨੇ ਮਤਲਬ ਚੁਣੌਤੀ ਕੁਦਰਤ ਨੂੰ ਦੇ ਕੇ ਇੱਕ ਮਤਲਬ ਅਲੱਗ ਜਿਹੇ ਚੀਜ਼ ਨੂੰ ਐਗਜ਼ਾਮਪਲ ਕਰ ਲੈਣਾ, ਇੱਕ ਲੱਗਦਾ ਨਹੀਂ ਕਿ ਚੁਣੌਤੀ? ਨਹੀਂ ਜੀ ਦੇਖੋ, ਜਿਹਦੇ ਮਤਲਬ ਕੰਮ 'ਚ ਬੰਦਾ ਪੈ ਜਾਂਦਾ ਨਾ, ਇੱਕ ਇੰਟਰਸਟ ਹੋਣਾ ਚਾਹੀਦਾ ਬੰਦਾ, ਮੈਂ ਇਹ ਕੰਮ ਕਰਨਾ, ਹੁਣ ਜਿੱਦਾਂ ਮੈਨੂੰ ਸੀ ਵੀ ਮੈਂ ਹੁਣ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ, ਮੈਂ ਕਰਨਾ, ਮੈਨੂੰ ਬਹੁਤ ਜ਼ਿਆਦਾ ਸੀ, ਮੈਂ ਯੂਟਿਊਬ ਦਾ ਖੈੜਾ ਹੀ ਨਹੀਂ ਛੱਡਿਆ, ਦੇਖਦਾ ਰਿਹਾ ਹਰ ਤਰ੍ਹਾਂ ਦੀ ਵੀਡੀਓ ਦੇਖੀ ਯੂਟਿਊਬ ਤੋਂ ਮੈਂ, ਵੀ ਕਿੱਦਾਂ ਬੱਚੇ ਤਿਆਰ ਕਰਨੇ ਆ, ਕਿੱਦਾਂ ਇਹਨਾਂ ਨੂੰ ਸਾਂਭਣਾ, ਕਿਹੜੀ ਦਵਾਈ ਦੇਣੀ, ਕੀ ਕਰਨਾ, ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ, ਸਾਰਾ ਮੈਂ ਯੂਟਿਊਬ ਤੋਂ ਦੇਖ ਕੇ ਮੈਂ ਕੀਤਾ। ਕਿੰਨਾ ਚਿਰੇ ਲੱਗ ਗਿਆ ਯੂਟਿਊਬ ਤੋਂ ਸਾਰਾ ਸਿੱਖਦੇ? ਇਹ ਮੈਨੂੰ ਮਤਲਬ 2-3 ਮਹੀਨੇ ਤਾਂ ਮੈਂ ਦੇਖਦਾ ਰਿਹਾ ਕਰਦਾ ਸਾਰਾ ਕੁਛ, ਹਾਂਜੀ, ਅਤੇ ਮਤਲਬ ਸਿੱਖਦਾ ਰਿਹਾ, ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੇ ਕੱਢ ਲੈਂਦਾ ਰਿਹਾ ਉੱਥੋਂ, ਹਾਂਜੀ, ਕਿਉਂਕਿ ਯੂਟਿਊਬ 'ਤੇ ਕੁਝ ਚੀਜ਼ਾਂ ਨੇ ਉਹਨਾਂ ਪਾ ਦਿੱਤੀਆਂ ਜ਼ਰੂਰ ਜਾਂਦੀਆਂ ਨੇ, ਪਰ ਉਹਨਾਂ ਦੇ ਵਿੱਚ ਚੀਜ਼ਾਂ ਡਿਕਲੇਅਰ ਨਹੀਂ ਕੀਤਾ ਜਾਂਦਾ ਵੀ ਇੰਨਾ ਆਊਂਗਾ ਜਾਊਂਗਾ, ਉਹਦੇ ਵਿੱਚ ਗੈਪ ਜ਼ਰੂਰ ਉਹਦੇ ਰੱਖ ਲਿਆ ਜਾਂਦਾ, ਪਰ ਉਸ ਤੋਂ ਇਲਾਵਾ ਤੁਸੀਂ ਐਕਸਟਰਾ ਆਪਣਾ ਦਿਮਾਗ ਵੀ ਲਾ ਵਿੱਚ? ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ, ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀ ਆ, ਮਤਲਬ ਕਿੱਦਾਂ ਹੁਣ ਗਰਮੀ ਲੱਗ ਰਹੀ ਹੈ ਇਹਨੂੰ, ਜੇ ਸਰਦੀ ਲੱਗ ਰਹੀ ਹੈ ਕੀ, ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ। ਹਾਂਜੀ ਜਾਣੀ ਕਿ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਕੋਲ ਆਉਂਦਾ ਜਾਣੀ ਕਿ ਐਕਟਰਾ ਜਾਂ ਮਸ਼ੀਨਾਂ ਜਾਂ ਕੋਈ ਥੋੜ੍ਹੀ ਬਹੁਤੀ ਮਦਦ ਲੈਣ, ਕੋਈ ਕਮੀ ਪੇਸ਼ ਰਹਿੰਦਾ, ਕੱਲ੍ਹ ਨੂੰ ਮਤਲਬ ਕੋਈ ਕਰਦਾ ਵਾ ਪ੍ਰੋਜੈਕਟ ਲਾਉਂਦਾ ਵਾ, ਥੋੜ੍ਹੀ ਬਹੁਤੀ ਉਹਦੇ ਢਿੱਲ ਮੱਟ ਰਹਿੰਦੀ, ਤੁਸੀਂ ਉਹਨੂੰ ਮਤਲਬ ਜਾਗਰੂਕਤਾ ਜ਼ਰੂਰ ਦਿਓ। ਜ਼ਰੂਰ ਜੀ ਜ਼ਰੂਰ, ਜੋ ਸਾਡੇ ਕੋਲ ਹੈਲਪ ਹੋ ਸਕੀ ਜ਼ਰੂਰ ਕਰਾਂਗੇ ਆਪਾਂ, ਜੇ ਕੋਈ ਮਸ਼ੀਨ ਤਿਆਰ ਕਰਾਉਣੀ ਚਾਹੁੰਦਾ ਮਸ਼ੀਨ ਵੀ ਤਿਆਰ ਕਰਕੇ ਦਿਆਂਗੇ, ਬੱਚੇ ਚਾਹੀਦੇ ਜਿਹਨੂੰ ਬੱਚੇ ਵੀ ਆਪਾਂ ਸੇਲ ਕਰਦੇ ਹਾਂ, ਬੱਚੇ ਵੀ ਮਿਲਣਗੇ। ਹਾਂਜੀ, ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ, ਅਤੇ ਇਹ ਸਾਰਾ ਮਤਲਬ ਇਹ ਜੇ ਕਹਿੰਦੇ ਤੁਹਾਡਾ ਰਾਬਤਾ ਕਰਨਾ ਤਾਂ ਕਿੱਥੇ ਮਤਲਬ ਆ ਕੇ ਤੁਹਾਨੂੰ ਲੋਕੇਸ਼ਨ ਤੁਹਾਡੀ ਮਰਜ਼ੀ ਕਰਨ ਲੱਗੇ? ਇਹ ਜੀ ਜ਼ਿਲ੍ਹਾ ਗੁਰਦਾਸਪੁਰ ਹੈ ਸਾਡਾ, ਅਤੇ ਕਲਾਨੌਰ ਕਸਬਾ ਕਲਾਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾਂ। ਹਾਂਜੀ, ਇਹ ਜਿਹੜਾ ਤੁਹਾਡਾ ਮਤਲਬ ਵੱਜਦਾ ਹੋਊਗਾ ਕੋਈ ਬੈਨਰ ਵੱਜਦਾ ਹੋਊ, ਕੀ ਕਿਸ ਨਾਂ ਤੋਂ ਵੱਜਦਾ? ਕਮਲ ਫਾਰਮ। ਹਾਂਜੀ, ਕਮਲ ਫਾਰਮ ਭਰ ਕੇ ਦੇਖ ਲਓ ਯੂਟਿਊਬ 'ਤੇ ਵੀ ਹੈ ਸਾਰਾ ਕੁਛ।
ਇੰਸਟਾਗ੍ਰਾਮ 'ਤੇ ਵੀ ਆ, ਫੇਸਬੁੱਕ 'ਤੇ ਵੀ ਆ। ਕੁੱਲ ਕੁੱਲ ਕਿੰਨੀਆਂ ਬਰੀਡਾਂ ਨੇ ਤੁਹਾਡੇ ਕੋਲ ਜਿਹੜੀ ਮਾੜੀ ਜਿਹੀ? ਮੇਰੇ ਕੋਲ ਇਸ ਟਾਈਮ 10 ਤੋਂ 12 ਬਰੀਡਾਂ। ਹਾਂਜੀ ਹਾਂਜੀ ਠੀਕ 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 ਹੈ।